ਜਿਹੜੇ ਵਿਦੇਸ਼ਾਂ 'ਚ ਬੱਚੇ ਨੇ ਨਾ, ਵਿਦੇਸ਼ਾਂ 'ਚ 14-15 ਸਾਲ ਦੇ 16 ਸਾਲ ਦੇ ਬੱਚੇ ਮੈਚਿਓਰ ਹੋ ਜਾਂਦੇ ਨੇ, ਇੰਡੀਪੈਂਡੈਂਟ ਹੋ ਜਾਂਦੇ ਨੇ। ਜਿਹੜੇ ਸਾਡੀ ਕੰਟਰੀ 'ਚ 21 ਸਾਲ ਦਾ ਬੱਚਾ ਵੀ ਨਾ ਪੈਂਪਰ ਚਾਈਲਡ ਰਹਿੰਦਾ, ਮਾਂ ਪਿਓ ਪਿੱਛੇ ਪਿੱਛੇ ਖਾਣਾ ਲੈ ਕੇ ਘੁੰਮਦੇ ਨੇ। ਅੱਜ FIR ਹੋ ਗਈ ਹੈ, 420 ਦੀ ਮੇਰੇ ਖਿਆਲ ਧਾਰਾ ਲੱਗੀ ਹੈ। ਮੇਰਾ ਕੰਸਰਨ ਇਹੀ ਹੀ ਹੈ ਕਿ ਇਹਦੇ 'ਤੇ ਨਾ ਕਾਰਵਾਈ ਇਨਵੈਸਟੀਗੇਸ਼ਨ ਪੂਰੀ ਹੋਣੀ ਚਾਹੀਦੀ ਕਿ ਦੋਸ਼ੀ ਕੌਣ ਹੈ। ਜਿਹੜਾ ਸਿਸਟਮ ਆਪਾਂ ਸਿਸਟਮ ਦੇਖ ਰਹੇ ਹਾਂ, ਅੱਜ ਤੋਂ 20 ਸਾਲ ਪਹਿਲਾਂ ਜੋ ਮਾਂ ਪਿਓ ਆਪਣੇ ਬੱਚਿਆਂ ਨੂੰ ਪਰਵਰਿਸ਼ ਦਿੰਦੇ ਸੀ, ਕੀ ਤੁਹਾਨੂੰ ਲੱਗਦਾ ਵੀ ਇੱਦਾਂ ਦੀ ਕੰਡੀਸ਼ਨ ਨਹੀਂ ਹੁਣ ਹੋ ਪਾ ਰਹੀ ਜੋ ਲੋਕ ਬੱਚੇ ਇੱਦਾਂ ਦਾ ਕਰ ਰਹੇ? ਪਰਵਰਿਸ਼ ਹੋਈ ਹੋਣੀ ਹੈ। ਅੱਜ ਦੇ ਸਿਸਟਮ ਨੂੰ ਦੇਖ ਕੇ ਲੱਗਦਾ ਨਾ ਤੁਹਾਨੂੰ ਆਪਣੀ ਪਰਵਰਿਸ਼ 'ਤੇ ਮਾਣ ਹੈ। ਤੁਸੀਂ ਪਿੱਛੇ ਦੱਸਿਆ ਵੀ ਜਿਹੜਾ ਮੇਰੇ ਨਾਲ ਵੀ ਇੱਕ ਧੱਕਾ ਹੋਇਆ ਵੀ ਮੇਰੇ ਮਾਂ ਪਿਓ ਨੇ ਜਦੋਂ ਮੇਰੀ ਮੈਰਿਜ ਕੀਤੀ ਉਦੋਂ ਮੈਨੂੰ ਨਹੀਂ ਪੁੱਛਿਆ ਗਿਆ। ਜੋ ਹੋਇਆ ਉਹ ਤਾਂ ਹੋਇਆ, ਬਟ ਕਈ ਵਾਰੀ ਹੋਇਆ ਵੀ ਤੁਹਾਡੇ ਲਈ ਇੱਕ ਸਟਰੈਂਥ ਬਣ ਕੇ ਅੱਗੇ ਆ ਜਾਂਦਾ। ਉਹ ਜਿਹੜਾ ਹੋਇਆ ਇਟਸ ਜਸਟ ਇੱਕ ਸ਼ੇਅਰ ਕੀਤਾ ਐਕਸਪੀਰੀਅੰਸ। ਬੱਚਿਆਂ ਨੂੰ ਨਾ ਸ਼ਾਦੀ ਪ੍ਰਾਇਓਰਟੀ ਨਾ ਬਣਾਓ, ਇੰਡੀਪੈਂਡੈਂਟ ਕਰੋ, ਆਪਣੇ ਪੈਰਾਂ 'ਤੇ ਖੜਾ ਕਰੋ, ਉਹਨਾਂ ਨੂੰ ਪੜ੍ਹਾਓ ਲਿਖਾਓ, ਯੂਥ ਨੂੰ। हमारे चैनल LF News 24 को सब्सक्राइब करें और बेल आइकन दबाएं ताकि आपको हमारी नोटिफिकेशन मिलती रहे। मैं हर्षदीप सिंह, तुसी देख रहे हो LF News 24 चैनल। अज असी मौजूद हाँ मोहाली दे विच, जिथे कि अजकल देखा जा रहा भी नॉर्मली सोशल मीडिया ते बहुत एक्टिव ने महिला चेयरपर्सन मनीषा गुलाटी मैडम। अज असी उन्हां नाल गलबात करन लई पहुंचे हाँ। लोगों के तमाम सवाल ने जानने की कोशिश करांगे जिन्ने के जानेंगे। ਮੈਂ ਦੇਖਿਆ ਜਾ ਰਿਹਾ ਵੀ ਤੁਸੀਂ ਬਹੁਤ ਜ਼ਿਆਦਾ ਐਕਟਿਵ ਹੋ ਸੋਸ਼ਲ ਮੀਡੀਆ 'ਤੇ, ਅਤੇ ਸਪੈਸ਼ਲੀ ਤੁਸੀਂ ਜਾਂਦੇ ਹੋ ਗਰਲਸ ਵਾਸਤੇ ਜਾਂਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਕਮਿਸ਼ਨ ਦੇ ਚੇਅਰਪਰਸਨ ਆ, ਸਾਡਾ ਜਿਹੜਾ ਇੱਕ ਰਾਈਟ ਹੈ ਜਾਂ ਬੱਚੀਆਂ ਦਾ ਰਾਈਟ ਦੇਖਣ ਦਾ ਕੌਨਸਟੀਟਿਊਸ਼ਨਲ ਜਿਹੜੇ ਰਾਈਟ ਨੇ, ਕਮਿਸ਼ਨ ਉਸੇ ਲਈ ਬਣਿਆ। ਅਤੇ ਮੈਨੂੰ ਲੱਗਦਾ ਆਪਣੀ ਜੇ ਸੀਟ 'ਤੇ ਬਹਿ ਕੇ ਜਿੰਨਾ ਵੱਧ ਤੋਂ ਵੱਧ ਤੁਸੀਂ ਆਪਣੀ ਸੀਟ ਨਾਲ ਜਸਟਿਸ ਕਰ ਸਕਦੇ ਹੋ, ਜੋ ਤੁਹਾਨੂੰ ਡਿਊਟੀ ਦਿੱਤੀ ਗਈ ਉਹਦੇ 'ਤੇ ਤੁਸੀਂ ਖਰਾ ਉਤਰੋ। ਅੱਜ ਦੀ ਤਰੀਕ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਿਹੜੇ ਪੇਰੈਂਟਸ ਨੇ ਉਹ ਪਲੱਸ ਟੂ ਬੱਚਾ ਕਰਦਾ ਹੈ ਅਤੇ ਉਹ ਚਾਹੁੰਦੇ ਨੇ ਬੱਚਾ ਬਾਹਰ ਚਲੇ ਜਾਵੇ, ਕੀ ਤੁਹਾਨੂੰ ਲੱਗਦਾ ਵੀ ਬੱਚਾ ਇੰਨੇ ਮੈਚਿਓਰ ਹੋ ਚੁੱਕਿਆ ਹੁੰਦਾ ਉਸ ਏਜ ਤੱਕ? ਬਿਲਕੁਲ ਨਹੀਂ ਹੁੰਦਾ। ਦੇਖੋ, ਵਿਦੇਸ਼ਾਂ 'ਚ ਪੇਰੈਂਟਸ ਦਾ ਸੁਪਨਾ ਬਹੁਤ ਅੱਛਾ, ਬੱਚਿਆਂ ਦਾ ਵੀ ਸੁਪਨਾ ਅੱਛਾ, ਜਾਣਾ ਚਾਹੀਦਾ, ਕੋਈ ਜਾਣ 'ਚ ਬੁਰਾਈ ਨਹੀਂ ਹੈ। ਪਰ ਜਿਹੜੇ ਵਿਦੇਸ਼ਾਂ 'ਚ ਬੱਚੇ ਨੇ ਨਾ, ਵਿਦੇਸ਼ਾਂ 'ਚ 14-15 ਸਾਲ ਦੇ 16 ਸਾਲ ਦੇ ਬੱਚੇ ਮੈਚਿਓਰ ਹੋ ਜਾਂਦੇ ਨੇ, ਇੰਡੀਪੈਂਡੈਂਟ ਹੋ ਜਾਂਦੇ ਨੇ। ਜਿਹੜੇ ਸਾਡੀ ਕੰਟਰੀ 'ਚ 21 ਸਾਲ ਦਾ ਬੱਚਾ ਵੀ ਨਾ ਪੈਂਪਰ ਚਾਈਲਡ ਰਹਿੰਦਾ, ਮਾਂ ਪਿਓ ਪਿੱਛੇ ਪਿੱਛੇ ਖਾਣਾ ਲੈ ਕੇ ਘੁੰਮਦੇ ਨੇ। ਅਤੇ ਜਿਹੜਾ ਸਾਡਾ ਲਿਵਿੰਗ ਸਟਾਈਲ ਹੈ ਉਹ 21 ਸਾਲ ਦਾ ਬੱਚਾ ਮੈਚਿਓਰ ਨਹੀਂ ਹੁੰਦਾ। ਟੈਕਨੋਲੋਜੀ ਤੋਂ ਤਾਂ ਅਵਗਤ ਬੱਚੇ 14-15 ਸਾਲ ਦੀ ਏਜ 'ਚ ਹੀ ਇੱਥੇ ਵੀ ਹੋ ਜਾਂਦੇ ਨੇ, ਪਰ ਟੈਕਨੋਲੋਜੀ ਤੋਂ, ਟੈਕਨੋਲੋਜੀ ਦੀ ਨੌਲੇਜ ਹੋਣਾ ਔਰ ਇੱਕ ਮੈਂਟਲੀ ਸਟਰੋਂਗ ਹੋਣਾ, ਮੈਚਿਓਰ ਹੋਣਾ, ਦੋਨੋਂ ਇੱਕ ਡਿਫਰੈਂਟ ਚੀਜ਼ਾਂ ਨੇ। ਅਤੇ ਮੈਨੂੰ ਲੱਗਦਾ 21 ਸਾਲ ਦੇ ਏਜ 'ਚ ਜਿਹੜਾ ਸ਼ਾਦੀ ਜਿਹੋ ਜਿਹਾ ਬਾਹਰ ਹੈ ਉਹ ਜਿਹੜਾ ਫੈਮਲੀਆਂ ਪਾ ਦਿੰਦੀਆਂ ਨੇ ਉਹ ਗਲਤ ਹੈ, ਸ਼ਾਦੀ ਪ੍ਰਾਇਓਰਿਟੀ ਨਹੀਂ ਹੋਣੀ ਚਾਹੀਦੀ। ਕੀ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚਿਆਂ ਨੂੰ ਵੀ ਤੁਸੀਂ ਭੇਜੋਗੇ ਇੱਦਾਂ? ਨਹੀਂ, ਮੇਰਾ ਬੇਟੇ ਆਲਰੇਡੀ ਵਿਦੇਸ਼ 'ਚ ਹੁਣ ਆਇਆ ਹੋਇਆ, ਮੇਰੇ ਬੱਚੇ ਸੈਟਲ ਹੀ ਨੇ, ਅਤੇ ਇਹੋ ਜਿਹਾ ਨਹੀਂ। ਪਰ ਮੇਰੇ ਬੱਚੇ ਮੈਚਿਓਰ ਨੇ, 21-22 ਸਾਲ ਵਾਲੀ ਕੋਈ ਏਜ ਨਹੀਂ ਹੈਗੀ, ਵੱਡੇ ਨੇ ਮੇਰੇ ਬੇਟੇ। ਦੇਖਿਆ ਗਿਆ ਵੀ ਇੱਥੇ ਪਿੱਛੇ ਸਨੀ ਇਨਕਲੇਵ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਕਿ ਟੈਟ ਦੇ ਜੋ ਖਿਲਾਈ ਦਿੰਦਾ ਸੀ ਉਹ ਵੀ ਸੁਸਾਈਡ ਕਰ ਲੈਂਦਾ ਆਪਣੀ ਵਾਈਫ ਦੇ ਕਾਰਨ, ਕੀ ਤੁਹਾਡੀ ਨੋਟਿਸ ਆਈ ਇੱਦਾਂ ਦੀ ਗੱਲ? ਨਹੀਂ, ਮੇਰੇ ਨੋਟਿਸ 'ਚ ਇਹ ਵਾਲਾ ਮੈਟਰ ਨਹੀਂ ਹੈਗਾ, ਇਹ ਤੁਸੀਂ ਦੱਸ ਰਹੇ ਹੋ। ਜੇ ਸਾਡੇ ਕੋਈ ਕੰਪਲੇਂਟ ਆਉਂਦੀ ਹੈ ਆਪਾਂ ਇਹਦੀ ਇਨਕੁਆਇਰੀ ਕਰਾਵਾਂਗੇ। ਅਤੇ ਜਿਹੜਾ ਤੁਸੀਂ ਉਹ ਆਪਣਾ ਬੇਅੰਤ ਕੌਰ ਵਾਲਾ ਮਸਲਾ ਹੋਇਆ ਸੀ, ਬਹੁਤ ਜ਼ਿਆਦਾ ਐਕਟਿਵ ਰਹੇ, ਉਹਦੇ 'ਚ ਕੀ ਹੋਇਆ ਹੁਣ ਅੱਗੇ? ਦੇਖੋ, ਅੱਜ ਇਨਫੋਰਮੇਸ਼ਨ ਆਈ ਹੈ ਕਿ ਅੱਜ FIR ਹੋ ਗਈ ਹੈ, 420 ਦੀ ਮੇਰੇ ਖਿਆਲ ਧਾਰਾ ਲੱਗੀ ਹੈ। ਮੇਰਾ ਕੰਸਰਨ ਇਹੀ ਹੀ ਹੈ ਕਿ ਇਹਦੇ 'ਤੇ ਨਾ ਕਾਰਵਾਈ ਇਨਵੈਸਟੀਗੇਸ਼ਨ ਪੂਰੀ ਹੋਣੀ ਚਾਹੀਦੀ ਕਿ ਦੋਸ਼ੀ ਕੌਣ ਹੈ, ਕਿ ਜੋ ਵੀ ਬੰਦੀ ਕਾਰਵਾਈ, ਜੋ ਵੀ ਦੋਸ਼ੀ ਹੈ, ਕਿਉਂਕਿ ਇੱਕ ਪਰਿਵਾਰ ਦਾ, ਇੱਕ ਮਾਂ ਦੀ ਗੋਦ ਸੁਣੀ ਹੋਗੀ, ਇੱਕ ਬੱਚਾ ਚਲਾ ਗਿਆ, ਇੱਕ ਕਿਸਾਨ ਦੀ ਆਪਣੀ ਔਲਾਦ ਤੋਂ ਬਾਅਦ ਸਭ ਤੋਂ ਵੱਡੀ ਪ੍ਰਾਇਓਰਿਟੀ ਉਹਦੀ ਜ਼ਮੀਨ ਹੁੰਦੀ ਹੈ। ਅਤੇ ਬੜਾ ਮੈਂ ਦੁੱਖ ਸਾਂਝਾ ਕਰਨ ਉਸ ਪਰਿਵਾਰ ਦਾ ਪਹੁੰਚੀ ਸਾਂ। ਮੈਂ ਨਹੀਂ ਚਾਹੁੰਦੀ ਹੁਣ ਜਿਹੜੇ ਨੰਬਰ 100 ਇੰਚ ਨੇ ਹਜ਼ਾਰਾਂ ਇੰਚ ਬਦਲਣ। ਕੰਸਰਨ ਵੀ ਇੰਨਾ ਹੀ ਹੈ, ਮੀਡੀਆ ਦਾ ਵੀ ਇਹੀ ਹੋ ਕੰਸਰਨ ਹੈ। ਇਨਵੈਸਟੀਗੇਸ਼ਨ ਇਹਦੀ ਪੂਰੀ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ, ਜਾਂਚ ਦਾ ਵਿਸ਼ੇ ਵੇ ਕਿ ਇਹੋ ਜਿਹੀ ਚੀਜ਼ਾਂ ਨੂੰ ਰੋਕਿਆ ਜਾ ਸਕੇ। ਅੱਜ ਜਿਹੜਾ ਸਿਸਟਮ ਆਪਾਂ ਸਿਸਟਮ ਦੇਖ ਰਹੇ ਹਾਂ, ਅੱਜ ਤੋਂ 20 ਸਾਲ ਪਹਿਲਾਂ ਜੋ ਮਾਂ ਪਿਓ ਆਪਣੇ ਬੱਚਿਆਂ ਨੂੰ ਪਰਵਰਿਸ਼ ਦਿੰਦੇ ਸੀ, ਕੀ ਤੁਹਾਨੂੰ ਲੱਗਦਾ ਵੀ ਇੱਦਾਂ ਦੀ ਕੰਡੀਸ਼ਨ ਨਹੀਂ ਹੁਣ ਹੋ ਪਾ ਰਹੀ ਜੋ ਲੋਕ ਬੱਚੇ ਇੱਦਾਂ ਦਾ ਕਰ ਰਹੇ? ਬੜਾ ਸੋਹਣਾ ਸਵਾਲ ਹੈ ਤੁਹਾਡਾ।
कि जो साडा जो तुहाडी परवरिश होई होनी है अज दे सिस्टम नू देख के लगदा ना तुहानू अपनी परवरिश ते मान है। जो साडी परवरिश होई है साडे उस टाइम ते टाइम ते टेक्नोलॉजी नहीं सी, जरूर नहीं सी टेक्नोलॉजी, बट जड़ा पर साडे जड़ी फैमिलीज़ दियां साडी फैमिलीज़ ने बाउंड्रीज फिक्स कीतियां होईयां सी ना, और सानू उदों इन्नी मैच्योरिटी सी छोटी एज च वी कि साडे पेरेंट्स साडी फैमिली दा भी बड़ा कंसर्न रहिंदा सी बच्चियां नू समझाने सही की है गलत की है। अज दे परिवारां ने अपना भी लाइफ स्टाइल बिजी कर लिया और बच्चियां नू भी इन्ना पैंपर किया होया, थोड़ा जा किते ना किते परवरिश च जड़ा समाजिक ताना बनना, बच्चियां नू मैच्योर करो, बच्चियां नू इस जोगा बनाओ, बच्चियां नू समझाओ कि तुहाडे लई गलत है की सही है। ये फैमिली दा बड़ा वड्डा रोल है, मदर दा बड़ा वड्डा रोल है, पिल्लर हुंदी औरत घर दी, हसबेंड दा बड़ा वड्डा रोल है। तो इन्दे च ना जड़ा अजकल इन्फ्लुएंस भी वध रहा है, लड़कियां घर घर सैटल नहीं हो पा रही, या जो भी एक है जड़ा समाजिक ताना बनना है, परिवारां नू इन्दे ते थोड़ा जा काम करन दी जरूरत। मैडम एक तुसी पिछे दस्या भी जेड़ा मेरे नाल भी एक धक्का होया भी मेरे माँ प्यो ने जो मेरी मैरिज की उदो मैनू नहीं पूछा गया, ये बारे की कहना चाहोगे? देखो वो ना एक जस्ट जो होया वो तो होया, बट कई बार होया भी तुहाडे लई एक स्ट्रेंथ बन के अगे आ जाता, वो जड़ा होया इट्स जस्ट एक शेयर किया एक्सपीरियंस समय नू देखते हुए कि अज टेक्नोलॉजी है, अज दी बच्चियां जिहड़ा साडा इंडियन कल्चर है साडा इंडियन लाइफ स्टाइल है उन्होंने थोड़ा बैलेंस करना चाहिए। कंसर्न वो दिखाया गया मेरा उत्ते कि जो साडे पेरेंट्स से साडे पेरेंट्स ने जिहड़ी साडी परवरिश की सानू यह चीज़ा नहीं मिली, पर आपां फिर भी बैलेंस किया और जिथे कमजोरियां सी परफेक्शन किसी भी लड़की की लाइफ नहीं होंगी। मेरा कहने का कंसर्न यह सी मैं भी प्रॉब्लम्स फेस कीतियां ने, मैं भी महसूस किया, पर मैं वो जिथे जिथे वो प्रॉब्लम्स मेरे लिए क्रिएट होंदिया गई मैं उन्होंने अपनी स्ट्रेंथ बना ली। मेरा एक लास्ट सवाल है, तुसी बहुत बिजी होंदे हो, तुसी यूथ नू की अपील करना चाहते हो? देखो यूथ नू इहो अपील है मेरी, पेरेंट्स नू भी अपील है कि बच्चियां नू ना शादी प्रायोरिटी ना बनाओ, इंडिपेंडेंट करो, अपने पैरां ते खड़ा करो, उन्हां नू पढ़ाओ लिखाओ। यूथ नू एक मैसेज है जिहड़े सीनियर सिटीजन ने ना जिहड़ी अजकल बहुत सारिया प्रॉब्लम्स आ रही ने, सीनियर सिटीजन पिल्लर होंदे ने घर दा, और कई बारी दवा नालो दुआ कम कर दिए, कोविड ने बड़ा कुछ सिखाता, लाइफ स्टाइल चेंज करते, ठीक है तुसी मंदिर गुरुद्वारे धार्मिक स्थलों पर जा रहे हो, मैं भी जानी हाँ गुरुद्वारा साहब भी जानी हाँ, मंदिर भी जानी हाँ, हर जगह पर जानी हाँ, क्योंकि हर कम्यूनिटी के लोग उन्होंने खुशियाँ शामिल, भारत देश मनिया ही अंदर ही जाता है, बट कर्म नु भी धर्म भी यही कहता है कर्म करो, तो जिहड़ा तुहाडा कर्म है अपने फैमिली नु बैलेंस करो और अपने बजुर्गों का सम्मान करो। सो ये सन मैडम मनीषा गुलाटी जिन्होंने दस्या भी जो अज का यूथ है उन्होंने पढ़िया लिखा हो जरूर पढ़े, तो माँ प्यो नू भी चाहिए भी उन्होंने प्रेसराइज करके कोई विआह शादी लई काली ना करन। कैमरामैन दलजीत दे नाल हर्षदीप सिंह दी रिपोर्ट, LF News 24 मोहाली।